ਨਮਸਕਾਰ, ਇਨਸਾਫ ਟੀਵੀ 'ਤੇ ਤੁਹਾਡਾ ਸਵਾਗਤ ਹੈ। ਅੱਜ ਦੀਆਂ ਖਾਸ ਖਬਰਾਂ ਵਿੱਚ, ਅੱਜ BSF ਚੌਂਕ ਤੋਂ ਮੰਡੀ ਚੌਂਕ ਤੱਕ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਰੋਸ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਅਨੂਪ ਡੋਤਰਾ ਦੀ ਅਗਵਾਈ ਵਿੱਚ ਰੋਸ ਰੈਲੀ ਕੱਢੀ ਗਈ, ਜਿਸ ਵਿੱਚ ਬਿੱਟੂ ਘੁੱਲਾ ਜ਼ਿਲ੍ਹਾ ਸਕੱਤਰ, ਡਿਸਟ੍ਰਿਕਟ ਕਾਂਗਰਸ ਕਮੇਟੀ ਕੁਲਦੀਪ, ਲਲਿਤ ਅਗਰਵਾਲ ਪ੍ਰਧਾਨ, ਪਵਨ ਕੁਮਾਰ ਪ੍ਰਧਾਨ, ਪੁਨੀਤ ਮਹਾਜਨ, ਰਤਨ ਲਾਲ ਕਾਕੂ, ਡਿੰਪਲ, ਸੁਖਮਨਦੀਪ ਅਤੇ ਵੱਡੀ ਗਿਣਤੀ ਵਿੱਚ ਦੁਕਾਨਦਾਰ ਅਤੇ ਸਮਾਜ ਸੇਵਾ ਸੰਸਥਾ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਰੋਸ ਰੈਲੀ ਕੱਢ ਕੇ ਪਾਕਿਸਤਾਨ ਦੇ ਝੰਡੇ ਨੂੰ ਫੂਕਿਆ। ਇਸ ਮੌਕੇ 'ਤੇ ਇਨਸਾਫ ਟੀਵੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਨੂ ਗੰਡੋਤਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਪੂਰੇ 120 ਕਰੋੜ ਹਿੰਦੁਸਤਾਨੀ ਦੁੱਖ ਦੀ ਘੜੀ ਵਿੱਚ ਨਾਲ ਖੜ੍ਹੇ ਹਨ। ਉਹਨਾਂ ਭਾਰਤ ਸਰਕਾਰ ਅੱਗੇ ਸਵਾਲ ਕਰਦੇ ਹੋਏ ਕਿਹਾ ਕਿ ਜਵਾਨਾਂ ਦੀ ਸਿਕਿਉਰਿਟੀ ਕਿਉਂ ਨਹੀਂ ਕੀਤੀ ਜਾਂਦੀ, ਜਦਕਿ ਕੋਈ ਵੀ ਰਾਜਨੇਤਾ ਆਪਣੇ ਆਏ ਤਾਂ ਪੂਰੇ ਸ਼ਹਿਰ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ, ਪਰ ਉੱਥੇ ਹੀ 3000 ਜਵਾਨਾਂ ਦੀ ਸਿਕਿਉਰਿਟੀ ਕਿਉਂ ਨਹੀਂ ਕੀਤੀ ਗਈ। ਪੱਤਰਕਾਰ ਦੀਪਕ ਸੈਣੀ ਦੀ ਵਿਸ਼ੇਸ਼ ਰਿਪੋਰਟ। ਅੱਜ ਦਾ ਜਿਹੜਾ ਪ੍ਰੋਟੈਸਟ, ਇਹ ਗੁਰਦਾਸਪੁਰ ਸ਼ਹਿਰ ਨਿਵਾਸੀਆਂ ਵੱਲੋਂ, ਰੇਲਵੇ ਰੋਡ, ਸਾਰੀ ਮਾਰਕੀਟ ਸਟੇਸ਼ਨ ਵੱਲੋਂ ਔਰ ਮੰਡੀ ਚੌਂਕ ਦੇ ਵਿੱਚ ਜਿਹੜਾ ਪਾਕਿਸਤਾਨ ਨੇ ਬਹੁਤ ਹੀ ਨਪੁੰਸਕ ਵਾਲੀ ਹਰਕਤ ਕੀਤੀ ਆ, ਬਹੁਤ ਸ਼ਰਮਨਾਕ ਹਰਕਤ ਕੀਤੀ ਆ, ਉਹਦੇ ਖਿਲਾਫ਼ ਸਾਰੇ ਸ਼ਹਿਰਦਾਰਾਂ ਦੇ ਵਿੱਚ, ਸਾਰੇ ਦੇਸ਼ ਵਾਸੀਆਂ ਦੇ ਵਿੱਚ ਬਹੁਤ ਗੁੱਸਾ। ਅੱਜ ਸਾਡੇ ਸ਼ਹਿਰਦਾਰਾਂ ਨੇ ਆਪਣੇ ਉਸ ਗੁੱਸੇ ਦਾ ਇਜ਼ਹਾਰ ਕਰਦੇ ਹੋਇਆ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਔਰ ਪਾਕਿਸਤਾਨ ਦਾ ਝੰਡਾ ਫੂਕਿਆ ਜਾਏਗਾ। ਸਾਡੀ ਮੀਡੀਆ ਨੂੰ ਇਹ ਅਪੀਲ ਆ ਕਿ ਇਹ ਜਿਹੜਾ ਹਿੰਦੁਸਤਾਨ ਦੀ ਜਨਤਾ ਦੀ ਇਮੋਸ਼ਨਲ ਜਿਹੜੀ ਇਹਨਾਂ ਦੀ ਦਿਲ ਦੀ ਆਵਾਜ਼ ਹੈ ਨਾ, ਇਹ ਹਿੰਦੁਸਤਾਨ ਦੀ ਸਰਕਾਰ ਔਰ ਪਾਕਿਸਤਾਨ ਦੀ ਬੇਵਕੂਫ ਪ੍ਰਧਾਨ ਮੰਤਰੀ ਤੱਕ ਪਹੁੰਚਾਈ ਜਾਵੇ, ਉਹਨੂੰ ਦੱਸਿਆ ਜਾਵੇ ਵੀ 120 ਕਰੋੜ ਹਿੰਦੁਸਤਾਨੀ ਆਪਣੇ ਜਿਹੜੇ ਸਾਡੇ ਆਰਮੀ ਦੇ ਫੌਜੀ ਸ਼ਹੀਦ ਹੋਏ
ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਪੂਰੇ। ਸਿੱਧੂ ਸਾਹਿਬ ਨੇ ਜੋ ਸਵਾਲ ਕੀਤਾ ਉਹ ਬਿਲਕੁਲ ਠੀਕ ਆ। ਇਹ ਜਿਹੜੀ ਆ ਇਹ ਮੋਦੀ ਸਰਕਾਰ ਦੀ ਨੈਗਲੀਜੈਂਸੀ ਆ, ਔਰ ਇਹ ਜਦੋਂ ਇੱਕ ਕਾਰਵਾਈ ਜਾ ਰਹੀ ਹੈ 3000 ਬੰਦੇ ਦੀ, ਇਹਨਾਂ ਨੂੰ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਗੁਰਦਾਸਪੁਰ ਆਏ, ਇਹਨਾਂ ਦੇ ਆਉਣ ਤੋਂ 8 ਦਿਨ ਪਹਿਲੇ ਡਰੋਨ ਕੈਮਰੇ ਸਿਕਿਉਰਿਟੀ ਨੇ ਪੂਰਾ ਘੇਰ ਲਿਆ। ਜਦੋਂ 3000 ਜਵਾਨ ਜਾ ਰਹੇ, ਉਹਨਾਂ ਦੇ ਮੁਤਾਬਕ ਇਹਨਾਂ ਨੇ ਕਿਉਂ ਨਹੀਂ ਕੋਈ ਡਰੋਨ ਕੈਮਰੇ ਇੰਤਜ਼ਾਮ ਕੀਤਾ, ਕਿਉਂ ਨਹੀਂ ਕਾਰਵਾਈ ਰੋਕੀ? ਇਹਨਾਂ ਜਵਾਨਾਂ ਦੀ ਸੁਰੱਖਿਆ ਵਾਸਤੇ ਉਹਨਾਂ ਨੂੰ ਬਾਈ ਏਅਰਲਿਫਟ ਕਰਨਾ ਚਾਹੀਦਾ ਸੀ, ਔਰ ਜੇ ਉਹਨਾਂ ਨੂੰ ਬਾਈ ਰੋਡ ਕੀਤਾ, ਇਹ ਵੀ ਸਾਡੀ ਸਰਕਾਰ ਦੀ ਨੈਗਲੀਜੈਂਸੀ ਆ। ਅਸੀਂ ਇਹ ਸਾਰੇ ਬਾਵਜੂਦ ਆਪਣੀ ਹਿੰਦੁਸਤਾਨ ਸਰਕਾਰ ਦੇ ਨਾਲ ਖੜ੍ਹੇ ਹਾਂ, ਪਰ ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਯਾਦ ਕਰਾਉਣਾ ਚਾਹੁੰਦੇ ਹਾਂ ਵੀ ਜਦੋਂ ਉਹ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਸਾਡੇ ਜਵਾਨ ਦਾ ਇੱਕ ਸਿਰ ਪਾਕਿਸਤਾਨ ਦੇ 5 ਸਿਰ, ਪਰ 5 ਸਾਲ ਲੰਘ ਗਏ ਮੋਦੀ ਸਾਹਿਬ, ਸਾਡੇ ਸੈਂਕੜੋ ਜਵਾਨ ਚਲੇ ਗਏ, ਪਾਕਿਸਤਾਨ ਦਾ ਕੋਈ ਸਿਰ ਨਹੀਂ ਆ। ਸਾਨੂੰ ਕੋਈ ਕੰਮ ਨਹੀਂ, ਕੋਈ ਤਸੱਲੀ ਨਹੀਂ ਚਾਹੀਦੀ, ਸਿਰਫ ਐਕਸ਼ਨ। 3 ਦਿਨ ਬੀਤ ਗਏ, ਕੋਈ ਐਕਸ਼ਨ ਨਹੀਂ, ਕਾਰਵਾਈ ਚਾਹੁੰਦੀ ਹੈ ਸਿਰਫ ਕਾਰਵਾਈ, ਔਰ ਪਾਕਿਸਤਾਨ ਦਾ ਵਰਲਡ ਦੇ ਨਕਸ਼ੇ ਤੋਂ ਨਾ ਖਤਮ ਹੋ ਜਾਏਗਾ। ਸਰ, ਕੱਲ੍ਹ ਮੁਸਲਮਾਨ ਸਮੁਦਾਇ ਨੇ ਵੀ ਗੁਰਦਾਸਪੁਰ ਪ੍ਰੋਟੈਸਟ ਕੀਤਾ, ਤਾਂ ਉਹਨਾਂ ਦੀ ਇੱਕੋ ਮੰਗ ਸੀ ਕਿ 40 ਮਾਰੀ ਹੈ 400 ਚਾਹੀਏ। ਤੁਹਾਡਾ ਕੀ ਕਹਿਣਾ ਮੁਸਲਮਾਨ ਸਮੁਦਾਇ ਦੇ ਭਾਈਚਾਰੇ ਦੇ ਵਿੱਚ? ਸਾਨੂੰ ਪੂਰਾ ਪਾਕਿਸਤਾਨ ਚਾਹੀਦਾ। ਸਾਡੇ ਸ਼ਹੀਦ ਜਵਾਨਾਂ ਦੇ ਐਡਾ ਵੱਡਾ ਬਲੀਦਾਨ ਆ, ਉਹਨਾਂ ਦੇ ਬਲੀਦਾਨ ਵਾਸਤੇ ਪਾਕਿਸਤਾਨ ਪੂਰਾ ਤਬਾਹ ਹੋ ਜਾਏ, ਸਾਡੇ ਵਾਸਤੇ ਉਹ ਵੀ ਬਹੁਤ ਥੋੜ੍ਹਾ, ਕਿਉਂਕਿ ਪੂਰੇ ਪਾਕਿਸਤਾਨ ਦੇ ਵਿੱਚ ਅੱਤਵਾਦੀ ਟ੍ਰੇਨਿੰਗ ਆ। ਇਹਨਾਂ ਦੇ ਜਿਹੜੇ ਵੱਡੇ ਵੱਡੇ ਅੱਤਵਾਦੀ ਨੇ, ਉਹਨਾਂ ਦੇ ਟ੍ਰੇਨਿੰਗ ਕੈਂਪ ਪਾਕਿਸਤਾਨ ਦੀ ਸ਼ੈਲਟਰ ਨਾਲ ਇਹਨਾਂ ਦੇ ਪੈਸਿਆਂ ਨਾਲ ਚਲਾਏ ਜਾਂਦੇ। ਵਾਸੀਆਂ ਨੂੰ ਇਹੋ ਸੰਦੇਸ਼ ਆ ਵੀ ਸਾਰੇ ਦਾ ਸਾਰਾ ਹਿੰਦੁਸਤਾਨ ਉਹਨਾਂ ਜਵਾਨ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਪੂਰੇ ਮੋਢੇ ਨਾਲ ਮੋਢਾ ਲਾ ਕੇ ਖਲੋ, ਔਰ ਉਹਨਾਂ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝ ਕੇ ਅਸੀਂ ਇਹ ਸਿਸਟਮ ਕੰਟੀਨਿਊ ਕਰਾਂਗੇ।